ਕੁੱਕੂ ਬਦਮਾਸ਼ ਦੇ ਹਵੇਲੀ ਜਾਂ ਲੱਗਾਈ, ਹਵੇਲੀ ਘੱਟ ਝੁੱਗੀ ਜ਼ਿਆਦਾ ਲੱਗਾਈ। ਬਦਮਾਸ਼ੀ ਤੇ ਆਹ ਵੀ ਕੀਤੀ ਆ ਵੱਡੇ ਵੀਰ, ਪਰ ਨਿਆਣੇ ਕੰਨਾ ਨਹੀਂ। ਤੁਸੀਂ ਕੁੱਕੂ ਬਦਮਾਸ਼ ਹੋ? ਕੁੱਕੂ ਹੈ ਬਦਮਾਸ਼ ਹੈ, ਕੋਈ ਸ਼ੱਕ ਹੈ ਗੇ? ਹਾਂ ਸ਼ੱਕ ਤਾਂ ਬਥੇਰਾ। ਕੱਢ ਕਿਹੜੀ ਚੀਜ਼ ਦਾ ਸ਼ੱਕ ਹੈ ਤੁਗੀ? ਤੇਰੀਆਂ ਮੁਛੀਆਂ ਨੇ ਵੱਡੀਆਂ ਹੀ ਆ। ਉਹ ਕਾਕਾ, ਮੁਛਾ ਕੁੱਤੇ ਦੀਆਂ ਵੀ ਵੱਡੀਆਂ ਹੁੰਦੀਆਂ, ਬਿੱਲੀਆਂ ਦੀਆਂ ਵੀ ਵੱਡੀਆਂ ਹੁੰਦੀਆਂ, ਮਗਰ ਲੜਨ ਤਾਂ ਇਹ ਜਿਗਰਾ ਚਾਹੀਦਾ ਹੁੰਦਾ ਹੈ। ਇਹ ਜਿਹੜਾ ਲੱਭਾ ਦਾ ਅਸਲਾ ਹੈ ਉਹ ਭੂਤਨੀ ਦੇ ਆ, ਬਦਮਾਸ਼ੇ ਘਰ ਅਸਲਾ ਨਹੀਂ ਹੋਣਾ ਤੇ ਹੋਰ ਕਿਉਂ ਨਾ ਲੱਡੂ ਹੋਣੇ। ਕੁੱਕੂ ਬਦਮਾਸ਼ੀ, ਤੁਹਾਡੇ ਵਿੱਚ ਬਦਮਾਸ਼ੀ ਦਾ ਸ਼ੌਂਕ ਕਿੰਨਾ ਆ? ਉਹ ਯਾਰ ਤੁਸੀਂ ਪਤਾ ਤੇ ਆ, ਭਰਾ ਤੇਰਾ ਪਹਿਲਾਂ ਬੜਾ ਸ਼ਰੀਫ ਹੁੰਦਾ ਰਿਹਾ, ਫਿਰ ਗੁਆਂਢੀਆਂ ਇੱਕ ਵਾਰ ਰਾਤੀ ਮੀਂਹ ਧਮਕੀ ਦਿੱਤੀ ਤੇ ਮੀਂਹ ਪੈਣ ਚੋਂ ਰਾਤੀ ਨੀਂਦ ਨਹੀਂ ਆਈ, ਫਿਰ ਸਵੇਰਾ ਉੱਠੀ ਅਮੀ ਸਾਲਾ ਗੰਡਾਸਾ ਕਮਕਾਈ ਉੜਿਆ। ਫਿਰ ਗੰਡਾਸਾ ਕਿੰਨਾ ਕਮਕਾਇਆ? ਇੰਨਾ। ਕੁੱਕੂ ਬਦਮਾਸ਼ੀ, ਇਹ ਜਿਹੜਾ ਦੋਵੇਂ ਬੰਦਾ ਰੱਖੀ ਵਾ, ਇਹ ਬੜਾ ਢਿੱਲਾ। ਓਏ ਕਾਕਾ, ਇਹ ਢਿੱਲਾ ਨੀ ਹੈ, ਜਿਹੜੇ ਸਾਡੇ ਬੰਦੇ ਦੀ ਗੋਲੀ ਲੱਗਦੀ ਨਾ, ਇਹ ਉਹਨੇ ਖੂਨ ਦਾਨ ਕਰਦਾ। ਉਹਦੇ ਕੋਲ ਜ਼ਿਆਦਾ ਇੱਥੇ ਖੂਨ ਦੀ ਜ਼ਰੂਰਤ ਹੈ।